ਅਸਲਾਮ ਵਾਲੇਕੁਮ, ਕੀ ਹਾਲ ਹੈ ਵੀਰੋ? ਠੀਕ ਹੋ? ਅੱਛਾ ਜੀ, ਅਸੀਂ ਅੱਜ ਕਰਤਾਰਪੁਰ ਤੇ ਸਾਡੇ ਨਾਲ ਹੈ ਬਾਬਾ ਜੀ ਨੇ। ਬਾਬਾ ਜੀ ਇਹ ਵਾਲੇ ਬਾਬਾ ਜੀ 47 ਵੇਲੇ ਤੇ ਵਿਛੜੇ ਸੀ ਤੇ ਇਹ ਉਹਨਾਂ ਦੇ ਵੱਡੇ ਭਾਈ ਨੇ। ਅੱਜ ਉਹਨਾਂ ਨੂੰ ਇੰਡੀਆ ਚੋਂ ਮਿਲਣ ਆਏ ਨੇ ਤੇ ਇਹ ਪਾਕਿਸਤਾਨ ਚ ਉਹਨਾਂ ਦੇ ਮਿਲ ਕੇ ਦੋਵੇਂ ਇਮੋਸ਼ਨਲ ਹੋ ਗਏ ਨੇ, ਰੋ ਪਏ ਨੇ। ਫਿਰ ਭਰਾ ਨੂੰ ਭਰਾ ਦੀ ਤੇ ਖਿੱਚ ਹੁੰਦੀ ਹੈ। ਨਾਲ ਸਾਡੇ ਇੱਥੇ ਇੱਕ ਡਾਕਟਰ ਸਾਹਿਬ ਸਨ, ਉਹ ਇੰਡੀਆ ਚੋਂ, ਉਹਨਾਂ ਕਾਫੀ ਹੈਲਪ ਕੀਤੀ ਸੀ ਇਹਨਾਂ ਦੀ, ਇੰਡੀਆ ਚੋਂ ਲੈ ਕੇ ਆਏ ਨੇ ਬਾਬਾ ਜੀ ਨੂੰ। ਬਾਬਾ ਜੀ ਤੁਹਾਨੂੰ ਕਿਵੇਂ ਲੱਗ ਰਿਹਾ ਆਪਣੇ ਭਰਾ ਨਾਲ ਮਿਲ ਕੇ? ਹੈ ਬਹੁਤ ਖੁਸ਼ੀ ਹੋਈ ਹੈ। ਕਿੰਨੀ ਦੇਰ ਬਾਅਦ ਮਿਲੇ ਹੋ? 17 ਸਾਲਾਂ ਬਾਅਦ। ਜਾੜੇ ਪਏ ਆ? ਜਦੋਂ ਦੇ ਜਾੜੇ ਪਏ ਨੇ ਉਦੋਂ ਦੇ? ਜਦੋਂ ਜੜ ਕੇ ਆਏ ਉਦੋਂ ਦੇ ਛੜੇ। ਕੈਸਾ ਲੱਗ ਰਿਹਾ ਮਿਲ ਕੇ? ਖੁਸ਼ੀ ਹੋ ਰਹੀ ਆ? ਮੈਂ ਤੇ ਤੁਹਾਨੂੰ ਰੋਂਦਿਆਂ ਵੇਖ ਰਿਹਾ। ਕੋਈ ਨੀ, ਫਿਰ ਬਾਬਾ ਜੀ ਤੁਹਾਨੂੰ ਖੁਸ਼ੀ ਹੋਈ ਆ ਭਰਾ ਨਾਲ? ਬਹੁਤ ਜ਼ਿਆਦਾ। ਕਿੰਨੇ ਸਾਲ ਲਾ ਕੇ ਇੰਨਾ ਸਫ਼ਰ ਜਿਹੜਾ ਬਾਰਡਰ ਨੇ ਦੋਵਾਂ ਭਰਾਵਾਂ ਨੂੰ ਮਿਲਣ ਚ ਕਿੰਨੇ ਸਾਲ ਲਿਆ? ਇਹਨਾਂ ਦੀ ਮੁਲਾਕਾਤ ਤੋਂ ਬਾਅਦ ਵੀ 2 ਸਾਲ ਦਾ ਟਾਈਮ ਲੱਗ ਗਿਆ ਇਹਨਾਂ ਭਰਾਵਾਂ ਨੂੰ ਗੱਲ ਵੱਖਰੀ ਪਾਉਣ ਚ, ਜੱਫੀ ਪਾਉਣ ਚ। ਤੇ ਅੱਜ ਸਾਹਮਣੇ ਵੇਖੋ ਜੀ ਤੁਹਾਡਾ ਭਰਾ ਪਛਾਣ ਲਿਆ ਬਾਬੇ ਨੇ। 17 ਸਾਲਾਂ ਬਾਅਦ ਗੱਲ ਵੱਖਰੀ ਪੈਣ ਲੱਗੀ ਹੈ। ਸਹੀ ਗੱਲ ਕੋਈ ਨੀ, ਹਜੇ ਵੀ ਜ਼ਮਾਨਾ ਇਕੱਠੇ ਹੋ ਗਏ। ਕਿੰਨੇ ਸਾਲ ਲਾ ਕੇ ਇੰਨਾ ਸਫ਼ਰ ਜਿਹੜਾ ਬਾਰਡਰ ਨੇ ਦੋਵਾਂ ਭਰਾਵਾਂ ਨੂੰ ਮਿਲਣ ਚ ਕਿੰਨੇ ਸਾਲ ਲਿਆ? ਇਹਨਾਂ ਦੀ ਮੁਲਾਕਾਤ ਤੋਂ ਬਾਅਦ ਵੀ 2 ਸਾਲ ਦਾ ਟਾਈਮ ਲੱਗ ਗਿਆ ਇਹਨਾਂ ਭਰਾਵਾਂ ਨੂੰ ਗੱਲ ਵੱਖਰੀ ਪਾਉਣ ਚ, ਜੱਫੀ ਪਾਉਣ ਚ। ਤੇ ਅੱਜ ਸਾਹਮਣੇ ਵੇਖੋ ਜੀ ਤੁਹਾਡਾ ਭਰਾ ਪਛਾਣ ਲਿਆ ਬਾਬੇ ਨੇ। 17 ਸਾਲਾਂ ਬਾਅਦ ਗੱਲ ਵੱਖਰੀ ਪੈਣ ਲੱਗੀ ਹੈ। ਸਹੀ ਗੱਲ ਰੋਟੀ ਫੜਾ ਦੇ ਕੋਈ ਨੀ, ਹਜੇ ਵੀ ਜ਼ਮਾਨਾ ਇਕੱਠੇ ਹੋ ਗਏ। ਬਾਰੇ